ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਅਤੇ ਯੂਟਿਊਬ 'ਤੇ ਸਾਡਾ ਚੈਨਲ ਲਾਈਵ ਪੰਜਾਬੀ ਜ਼ਰੂਰ ਸਬਸਕ੍ਰਾਈਬ ਕਰੋ। ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ, ਕਿਉਂਕਿ ਮੈਂ ਅਜਿਹੀ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਹਾਂ। ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣੇ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਵੀਰ ਸਿੰਘ, ਹਾਜ਼ਰਾਂ ਭਾਰਤੀ ਆਰਮੀ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਵੀਰਤਾ ਦੀ ਕਹਾਣੀ ਦੇ ਨਾਲ, ਜਿਨ੍ਹਾਂ ਨੇ ਭਾਰਤੀ ਚੀਨ ਜੰਗ 1962 ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਦੋਸਤੋ, ਸੂਬੇਦਾਰ ਸਾਹਿਬ ਦਾ ਜਨਮ 26 ਸਤੰਬਰ 1921 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸ਼ਹਿਰ ਮਹਿਲ ਕਲਾਂ ਵਿੱਚ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਅਤੇ ਸਰਦਾਰ ਸ਼ੇਰ ਸਿੰਘ ਜੀ ਦੇ ਘਰ ਹੋਇਆ, ਜੋ ਕਿ ਇੱਕ ਸੈਣੀ ਪਰਿਵਾਰ ਵਿੱਚੋਂ ਸਨ। ਸੂਬੇਦਾਰ ਸਾਹਿਬ ਨੇ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਨੱਥੂ ਵਾਲਾ ਪਿੰਡ ਵਿੱਚ ਅਤੇ ਫਿਰ ਮਿਡਲ ਤੱਕ ਦੀ ਪੜ੍ਹਾਈ ਦਰੌਲੀ ਪਿੰਡ ਦੇ ਸਕੂਲ ਵਿੱਚ ਕੀਤੀ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਸੂਬੇਦਾਰ ਸਾਹਿਬ ਹੋਰ ਨਾ ਪੜ੍ਹ ਸਕੇ ਅਤੇ ਆਪਣੀ ਪਹਿਚਾਣ ਦੁਨੀਆ ਤੋਂ ਵੱਖਰੀ ਬਣਾਉਣ ਲਈ 28 ਸਤੰਬਰ 1936 ਨੂੰ ਸਿਪਾਹੀ ਦੀ ਨੌਕਰੀ 'ਤੇ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਸੂਬੇਦਾਰ ਸਾਹਿਬ ਨੇ ਫੌਜ ਵਿੱਚ ਆਪਣੀ ਪੜ੍ਹਾਈ ਅੱਗੇ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੇ ਪੇਪਰ ਪਾਸ ਕਰਕੇ ਆਪਣੀ ਯੂਨਿਟ ਦੇ ਐਜੂਕੇਸ਼ਨ ਇੰਸਟ੍ਰਕਟਰ ਬਣੇ। ਉਹਨਾਂ ਦੀ ਡਰਿੱਲ ਅਤੇ ਵਰਦੀ ਦੇ ਰੱਖ ਰਖਾਵ ਦਾ ਢੰਗ ਇੰਨਾ ਵਧੀਆ ਸੀ ਕਿ ਸਾਰੀ ਫੌਜ ਵਿੱਚ ਉਹਨਾਂ ਦੀ ਉਦਾਹਰਣ ਦਿੱਤੀ ਜਾਂਦੀ ਸੀ। ਫਿਰ ਸੂਬੇਦਾਰ ਸਾਹਿਬ ਦਾ ਵਿਆਹ ਬੀਬੀ ਗੁਰਦਿਆਲ ਕੌਰ ਜੀ ਨਾਲ ਹੋਇਆ। ਦੋਸਤੋ, ਸੂਬੇਦਾਰ ਸਾਹਿਬ ਬ੍ਰਿਟਿਸ਼ ਇੰਡੀਅਨ ਆਰਮੀ ਲਈ ਬਰਮਾ ਦੇ ਮੋਰਚੇ 'ਤੇ ਲੜੇ ਅਤੇ ਭਾਰਤ ਆਜ਼ਾਦ ਹੋਣ ਤੋਂ ਬਾਅਦ 1948 ਵਿੱਚ ਜਦੋਂ ਕਸ਼ਮੀਰ ਵਿੱਚ ਪਾਕਿਸਤਾਨੀ ਕਬੀਲਿਆਂ ਨੇ ਹਮਲਾ ਕੀਤਾ ਤਾਂ ਉੱਥੇ ਮੁਕਾਬਲਾ ਕਰਨ ਵਾਲੇ ਸਿੱਖ ਰੈਜੀਮੈਂਟ ਦਾ ਹਿੱਸਾ ਵੀ ਸਨ। ਫਿਰ ਸਮਾਂ ਆਇਆ 1962 ਦਾ, ਜਦੋਂ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਅਤੇ ਤਗਲਾ ਰਿਜ 'ਤੇ ਆਪਣਾ ਕਬਜ਼ਾ ਕਰ ਲਿਆ। ਰੱਖਿਆ ਮੰਤਰੀ ਵੀਕੇ ਕ੍ਰਿਸ਼ਨ ਮੈਨਨ ਨੇ ਜਵਾਹਰ ਲਾਲ ਨਹਿਰੂ ਦੀ ਸਹਿਮਤੀ ਨਾਲ 22 ਸਤੰਬਰ ਨੂੰ ਸੈਨਾ ਮੁਖੀਆਂ ਨੂੰ ਆਦੇਸ਼ ਦਿੱਤੇ ਕਿ ਥਗਲਾ ਰਿਜ ਤੋਂ ਚੀਨ ਨੂੰ ਖਦੇੜਿਆ ਜਾਵੇ। ਫਿਰ ਚੀਨ ਨੇ 20 ਅਕਤੂਬਰ ਨੂੰ ਨਮਖਾ ਚੂ ਸੈਕਟਰ ਅਤੇ ਲਦਾਖ ਸਮੇਤ ਪੂਰਬੀ ਸੀਮਾ ਦੇ ਕੁਝ ਹਿੱਸਿਆਂ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ 3 ਦਿਨਾਂ ਵਿੱਚ ਭਾਰਤ ਦੀ ਬਹੁਤ ਸਾਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਚੀਨ ਦੀ ਤਮੰਨਾ ਤਵਾਂਗ 'ਤੇ ਕਬਜ਼ਾ ਕਰਨ ਦੀ ਸੀ, ਜਿਸ ਨੂੰ ਰੋਕਣ ਦਾ ਕੰਮ ਭਾਰਤੀ ਫੌਜ ਦੀ ਪਹਿਲੀ ਸਿੱਖ ਬਟਾਲੀਅਨ ਨੂੰ ਸੌਂਪਿਆ ਗਿਆ ਸੀ। ਚੀਨ ਨੇ ਆਪਣੀ ਸੈਨਾ ਬੰਬਲਾ ਦੇ ਇਲਾਕੇ ਵਿੱਚ ਜਮ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿੱਥੋਂ ਕਿ ਤਵਾਂਗ ਜਾਣ ਦਾ ਰਸਤਾ ਸਿਰਫ 26 ਕਿਲੋਮੀਟਰ ਦਾ ਸੀ। ਪਰ ਬੰਬਲਾ ਦੇ ਉਸ ਰਸਤੇ ਤੋਂ 3 ਕਿਲੋਮੀਟਰ ਦੱਖਣ ਪੱਛਮ ਵਿੱਚ ਟਵਿਨ ਪੀਕਸ ਨਾਮ ਦੀ ਇੱਕ ਜਗ੍ਹਾ ਸੀ, ਜਿੱਥੇ ਖੜ੍ਹੇ ਹੋ ਕੇ ਮੈਕਮੋਹਨ ਲਾਈਨ ਤੱਕ ਚੀਨ ਦੀ ਸਾਰੀ ਹਰਕਤ 'ਤੇ ਨਜ਼ਰ ਰੱਖੀ ਜਾ ਸਕਦੀ ਸੀ। 23 ਅਕਤੂਬਰ ਸਵੇਰੇ 4:30 ਵਜੇ ਚੀਨੀ ਸੈਨਾ ਨੇ ਮੋਟਰਾਰ ਦਾਗੇ ਅਤੇ ਐਂਟੀ ਟੈਂਕ ਬੰਦੂਕਾਂ ਨਾਲ ਭਾਰਤੀ ਫੌਜ ਦੇ ਬੰਕਰਾਂ 'ਤੇ ਹਮਲਾ ਕੀਤਾ। ਫਿਰ 6:00 ਵਜੇ ਚੀਨ ਨੇ ਅਸਮ ਰਾਈਫਲਸ ਦੀ ਪੋਸਟ 'ਤੇ ਹਮਲਾ ਕੀਤਾ। ਸੂਰਜ ਦੀ ਪਹਿਲੀ ਕਿਰਨ ਨਿਕਲਣ ਦੇ ਨਾਲ ਹੀ ਚੀਨ ਨੇ ਆਈਬੀ ਰਿਜ 'ਤੇ ਹਮਲਾ ਕੀਤਾ ਤਾਂ ਕਿ ਟਵਿਨ ਪੀਕਸ 'ਤੇ ਕਬਜ਼ਾ ਕੀਤਾ ਜਾ ਸਕੇ। ਪਰ ਸੂਬੇਦਾਰ ਸਾਹਿਬ ਨੇ ਇੱਥੋਂ ਦੀ ਭੂਗੋਲਿਕ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ ਆਈਬੀ ਰਿਜ 'ਤੇ ਬੰਕਰ ਬਣਾਏ ਹੋਏ ਸਨ। ਉਹਨਾਂ ਕੋਲ 4 ਦਿਨਾਂ ਦਾ ਰਾਸ਼ਨ ਸੀ ਅਤੇ ਜੁੱਤੇ ਕੱਪੜੇ ਵੀ ਉਸ ਜਗ੍ਹਾ ਦੇ ਹਿਸਾਬ ਨਾਲ ਠੀਕ ਨਹੀਂ ਸਨ। ਉੱਤੋਂ ਦੀ ਹਿਮਾਲਿਆ ਦੀ ਠੰਡ ਹੱਥ ਪੈਰ ਸੁੰਨ ਕਰ ਦਿੰਦੀ ਸੀ। ਸੂਬੇਦਾਰ ਸਾਹਿਬ ਨੂੰ ਪਤਾ ਸੀ ਕਿ ਚੀਨੀ ਫੌਜ ਬੰਬਲਾ ਵੱਲੋਂ ਚੜ੍ਹਾਈ ਕਰਕੇ ਆ ਰਹੀ ਹੈ। ਜਲਦੀ ਇਸ ਫਰੰਟ 'ਤੇ ਲੜਾਈ ਸ਼ੁਰੂ ਹੋ ਗਈ। ਪਹਿਲੇ ਹਮਲੇ ਵਿੱਚ 200 ਦੇ ਕਰੀਬ ਚੀਨੀ ਫੌਜੀ ਸਾਹਮਣੇ ਸਨ ਅਤੇ ਸੂਬੇਦਾਰ ਸਾਹਿਬ ਦੀ ਪਲਟਨ ਛੋਟੀ ਜਿਹੀ ਸੀ, ਪਰ ਇਸ ਛੋਟੀ ਜਿਹੀ ਪਲਟਨ ਨੇ ਦੁਸ਼ਮਣਾਂ ਦਾ ਬੁਰਾ ਹਾਲ ਕਰ ਦਿੱਤਾ। ਜਵਾਬੀ ਫਾਇਰਿੰਗ ਇੰਨੀ ਜ਼ਬਰਦਸਤ ਕੀਤੀ ਕਿ ਚੀਨੀ ਸੈਨਾ ਨੂੰ ਪਹਿਲਾਂ ਲੁਕਣਾ ਅਤੇ ਫਿਰ ਪਿੱਛੇ ਹਟਣਾ ਪਿਆ। ਸੂਬੇਦਾਰ ਸਾਹਿਬ ਕੋਲ ਅਸਲਾ ਮੁੱਕ ਰਿਹਾ ਸੀ। ਉਹਨਾਂ ਨੇ ਟੋਂਗ ਪੇਂਗ ਲਾ ਦੇ ਕਮਾਂਡ ਸੈਂਟਰ ਤੋਂ ਹੋਰ ਅਸਲੇ ਦੀ ਮੰਗ ਕੀਤੀ, ਪਰ ਚੀਨ ਦੀ 200 ਸੈਨਿਕ ਵਾਲੀ ਇੱਕ ਹੋਰ ਟੁਕੜੀ ਨੇ ਦੁਬਾਰਾ ਹਮਲਾ ਕਰ ਦਿੱਤਾ ਅਤੇ ਭਾਰਤੀ ਸੈਨਿਕਾਂ ਦੀ ਨਜ਼ਰਾਂ 'ਚ ਆਏ ਬਗੈਰ ਚੀਨੀ ਫੌਜੀ ਉੱਪਰ ਚੜ੍ਹਾਏ ਅਤੇ ਗੋਲੀਬਾਰੀ ਕਰਨ ਲੱਗੇ। ਇਸ ਗੋਲੀਬਾਰੀ ਵਿੱਚ ਸੂਬੇਦਾਰ ਸਾਹਿਬ ਦੇ ਪੱਟ ਵਿੱਚ ਗੋਲੀ ਲੱਗੀ। ਸੂਬੇਦਾਰ ਸਾਹਿਬ ਨੇ ਬੰਕਰ ਵਿੱਚ ਵੜ ਕੇ ਪੱਟੀ ਬੰਨ੍ਹੀ ਅਤੇ ਹਿੰਮਤ ਨਾ ਹਾਰਦੇ ਹੋਏ ਉੱਚੀ ਉੱਚੀ ਫੌਜੀਆਂ ਨੂੰ ਨਿਰਦੇਸ਼ ਦੇ ਰਹੇ ਸਨ। ਜਦੋਂ ਉਹਨਾਂ ਦਾ ਗਨਰ ਸ਼ਹੀਦ ਹੋ ਗਿਆ ਤਾਂ ਉਹਨਾਂ ਨੇ 2 ਇੰਚ ਵਾਲੀ ਮੋਟਰਾਰ ਖੁਦ ਸਾਂਭੀ ਅਤੇ ਜਵਾਬੀ ਹਮਲਾ ਕਰਕੇ ਚੀਨੀ ਫੌਜੀਆਂ ਨੂੰ ਮਾਰਿਆ। ਕੁਝ ਸਮਾਂ ਥੰਮਣ ਤੋਂ ਬਾਅਦ ਚੀਨੀ ਫੌਜੀਆਂ ਦੀ ਇੱਕ ਹੋਰ ਟੁਕੜੀ ਇਕੱਠੀ ਹੁੰਦੀ ਵੇਖ ਕੇ ਸੂਬੇਦਾਰ ਸਾਹਿਬ ਨੇ ਬਚੇ ਖੁੱਚੇ ਸੈਨਿਕ ਤਿਆਰ ਕੀਤੇ ਅਤੇ ਬਾਰੂਦ ਖਤਮ ਹੋਣ ਕਰਕੇ ਆਪਣੀਆਂ ਬੰਦੂਕਾਂ ਅੱਗੇ ਚਾਕੂ ਲਾ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਅਰੇ ਲਾਉਂਦੇ ਹੋਏ ਚੀਨੀ ਸੈਨਾ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਪਰ ਹੋਰ ਚੀਨੀ ਸੈਨਿਕ ਆਉਂਦੇ ਰਹੇ ਅਤੇ ਹਮਲਾ ਕਰਕੇ ਉਹਨਾਂ ਨੇ ਸੂਬੇਦਾਰ ਸਾਹਿਬ ਨੂੰ ਬੰਦੀ ਬਣਾ ਲਿਆ। ਪਰ ਇੱਥੋਂ 3 ਭਾਰਤੀ ਫੌਜੀ ਬਚ ਨਿਕਲੇ, ਜਿਨ੍ਹਾਂ ਨੇ ਆ ਕੇ ਇਸ ਹਮਲੇ ਦਾ ਅੱਖੀ ਦੇਖ ਕੇ ਹਾਲ ਬਿਆਨ ਕੀਤਾ ਅਤੇ ਕੁਝ ਸਮਾਂ ਲੰਘਣ ਬਾਅਦ ਪੀਪਲ ਲਿਬਰੇਸ਼ਨ ਆਰਮੀ, ਜਿੱਥੇ ਕਿ ਸੂਬੇਦਾਰ ਸਾਹਿਬ ਨੂੰ ਬੰਦੀ ਰੱਖਿਆ ਗਿਆ ਸੀ, 23 ਅਕਤੂਬਰ 1962 ਨੂੰ ਸੂਬੇਦਾਰ ਸਾਹਿਬ ਦੀ ਮੌਤ ਹੋ ਗਈ।
ਅਤੇ ਭਾਰਤੀ ਫੌਜ ਵੱਲੋਂ ਸੂਬੇਦਾਰ ਸਾਹਿਬ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਜਦੋਂ ਚੀਨ ਨੂੰ ਇਸ ਦਾ ਪਤਾ ਲੱਗਿਆ ਤਾਂ ਚੀਨ ਦੀ ਫੌਜ ਨੇ ਵੀ ਖੁਸ਼ੀ ਪ੍ਰਗਟਾਈ ਅਤੇ 17 ਮਈ 1963 ਨੂੰ ਉਹਨਾਂ ਦੀਆਂ ਅਸਥੀਆਂ ਪੂਰੇ ਮਾਣ ਸਨਮਾਨ ਨਾਲ ਉਹਨਾਂ ਦੀ ਬਟਾਲੀਅਨ ਨੂੰ ਸੌਂਪੀਆਂ ਗਈਆਂ। ਫਿਰ ਬਟਾਲੀਅਨ ਨੇ ਇੱਕ ਗੁਰਦੁਆਰਾ ਸਾਹਿਬ ਵਿੱਚ ਪਾਠ ਪ੍ਰਕਾਸ਼ ਕਰਵਾਇਆ ਅਤੇ ਉਹਨਾਂ ਨੂੰ ਸ਼ਰਧਾਂਜਲੀ। ਉਸ ਤੋਂ ਅਗਲੇ ਹੀ ਦਿਨ ਇੱਕ ਸਰਮਨੀ ਆਯੋਜਿਤ ਕੀਤੀ ਗਈ ਜਿਸ ਵਿੱਚ ਉਹਨਾਂ ਦੀਆਂ ਅਸਥੀਆਂ ਉਹਨਾਂ ਦੀ ਪਤਨੀ ਗੁਰਦਿਆਲ ਕੌਰ ਅਤੇ ਬੇਟੇ ਨੂੰ ਸੌਂਪੀਆਂ ਗਈਆਂ। ਦੋਸਤੋ, ਇਹ ਸੀ ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ, ਜਿਨ੍ਹਾਂ ਦੀ ਵੀਰਤਾ ਨੂੰ ਵੇਖਦੇ ਹੋਏ 6 ਅਪ੍ਰੈਲ 2018 ਨੂੰ ਇੱਕ ਫਿਲਮ ਵੀ ਰਿਲੀਜ਼ ਹੋਈ ਜਿਸ ਦਾ ਨਾਮ ਹੈ ਸੂਬੇਦਾਰ ਜੋਗਿੰਦਰ ਸਿੰਘ। ਦੋਸਤੋ, ਇਸ ਫਿਲਮ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਗਿੱਪੀ ਗਰੇਵਾਲ ਨੇ ਸੂਬੇਦਾਰ ਸਾਹਿਬ ਦਾ ਰੋਲ ਅਦਾ ਕੀਤਾ ਅਤੇ ਨਾਲ ਹੀ ਇਸ ਫਿਲਮ ਵਿੱਚ ਪੰਜਾਬ ਦੇ ਹੋਰ ਕਲਾਕਾਰ ਜੋੜਨ ਸੰਧੂ, ਕੁਲਵਿੰਦਰ ਬਿੱਲਾ, ਰੋਸ਼ਨ ਪ੍ਰਿੰਸ, ਜੱਗੀ ਸਿੰਘ, ਹਰੀਸ਼ ਵਰਮਾ, ਗੁੱਗੂ ਗਿਲਜੀ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ ਅਤੇ ਅਦਿਤੀ ਸ਼ਰਮਾ ਆਦਿ ਨੇ ਵੀ ਆਪਣੇ ਕਿਰਦਾਰ ਨਿਭਾਏ। ਦੋਸਤੋ, ਜੇ ਤੁਸੀਂ ਇਹ ਫਿਲਮ ਨਹੀਂ ਵੇਖੀ ਤਾਂ ਜ਼ਰੂਰ ਵੇਖੋ, ਕਿਉਂਕਿ ਗੱਲ ਬਹਾਦਰੀ ਦੀ। ਆਪਣਾ ਕੀਮਤੀ ਸਮਾਂ ਇਸ ਵੀਡੀਓ ਨੂੰ ਦੇਣ ਲਈ ਤਹਿ ਦਿਲੋਂ ਧੰਨਵਾਦ। ਵੀਡੀਓ ਕਿਹੋ ਜਿਹੀ ਲੱਗੀ ਅਤੇ ਅਗਲੀ ਵੀਡੀਓ ਕਿਸ ਦੀ ਹੋਣੀ ਚਾਹੀਦੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਤੁਸੀਂ ਇਸ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰਕੇ ਪਰਮਵੀਰ ਚੱਕਰ ਸੂਬੇਦਾਰ ਜੋਗਿੰਦਰ ਸਿੰਘ ਜੀ ਦਾ ਮਾਣ ਵਧਾ ਸਕਦੇ ਹੋ। ਧੰਨਵਾਦ।